ਅਸਲਾਮ ਵਾਲੇਕੁਮ, ਵੈਲਕਮ ਟੂ ਸਾਡੇ ਨਵੇਂ ਵਲੌਗ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ। ਅਤੇ ਅਸੀਂ ਭੈਣਾਂ ਦੋਨੇ ਜੋੜ ਕੇ ਕਿਉਂ ਬੈਠੀਆਂ? ਕੋਈ ਗੱਲ ਸੀ ਇਸ ਲਈ ਬੈਠੀਆਂ? ਅਸੀਂ ਬਹੁਤ ਪਰੇਸ਼ਾਨ ਹੋਏ ਬੈਠੇ ਹਾਂ। ਕਿਉਂ? ਕਿਉਂਕਿ ਅੰਮੀ ਹੋਰੀ ਪਹੁੰਚ ਗਏ ਨੇ ਅਤੇ ਅਸੀਂ ਵੀ ਸ਼ਾਦੀ 'ਤੇ ਜਾਣਾ ਸੀ। ਸਾਡੇ ਮੂੰਹ ਉਤਰੇ ਉਤਰੇ ਵੇਖ ਰਹੇ ਹੋ? ਕੋਈ ਵੀ ਨਹੀਂ, ਅਸੀਂ ਉਤਰੇ ਉਹ ਜੇ ਸਾਨੂੰ ਮਸਲਾ ਕਿ ਦਿਲ ਨਹੀਂ ਕਰ ਰਿਹਾ ਸੀ, ਉੱਥੇ ਗਰਮੀ ਬੜੀ ਪੈ ਰਹੀ ਹੈ ਇਸ ਲਈ। ਨਹੀਂ ਮੈਂ ਜਾਣਾ ਸੀ ਗਰਮੀ। ਅੰਮੀ ਜੀ ਨਾ ਪਹੁੰਚੇ ਨੇ, ਪਹੁੰਚ ਕੇ ਅਤੇ ਸਾਨੂੰ ਵੀਡੀਓ ਸੈਂਡ ਕੀਤੀ ਨੇ, ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ। ਤੁਸੀਂ ਉਹ ਜਾ ਕੇ ਵੇਖੋ, ਫਿਰ ਅੱਗੇ ਗੱਲ ਕਰਨੀ ਆ। ਵੀਡੀਓ ਬਣਾਉਣੀ, ਤਸਵੀਰਾਂ ਹੁਣ ਜਿਸ ਤਰ੍ਹਾਂ ਕਿ ਤੁਸੀਂ ਉਹ ਵੀਡੀਓ ਵੇਖ ਲਈ ਹੈ। ਅੰਮੀ ਜੀ ਪਹੁੰਚਦੇ ਨਾਲ ਹੀ ਨਾ ਦੁੱਲੇ ਭਾਈ ਨੂੰ ਦਰਮਿਆਨ ਲੈ ਕੇ ਖੜੇ ਹੋ ਗਏ। ਦੁੱਲਾ ਭਾਈ ਖੜਾ ਕਿ ਇੰਜ ਸੀ ਜਿਹਨੂੰ ਕੁੱਟ ਕੇ ਖੜਾ ਕੀਤਾ ਹੁੰਦਾ। ਹਾਂ, ਜ਼ਬਰਦਸਤੀ ਖੜਾ ਕੀਤਾ ਹੁੰਦਾ। ਤਾਂ ਉਹ ਵਿਚਾਰਾ ਕਹਿੰਦਾ ਹੋਏਗਾ ਮੈਂ ਕੰਘੀ ਵੀ ਨਹੀਂ ਕੀਤੀ, ਮੈਨੂੰ ਇਹਨਾਂ ਨੇ ਫੜ ਕੇ ਖੜਾ ਕਰਤਾ। ਅਤੇ ਬਸ ਉਹ ਖੜਿਆ ਸੀ। ਹੁਣ ਉਸ ਤੋਂ ਬਾਅਦ ਅਸੀਂ ਨਾ ਮਿਸ ਕਰ ਰਹੇ ਸਾਂ ਕਿ ਉਹਨਾਂ ਨੇ ਨਾ ਰਾਤ ਨੂੰ ਢੋਲਕੀ ਰੱਖੀ ਸੀ, ਉਹਨਾਂ ਨੇ ਸੋਹਣੇ ਗਾਣੇ ਗੁਣੇ ਗਾਏ ਨੇ, ਕਾਲ ਕੀਤੀ ਸੀ, ਬੜਾ ਕੁਛ ਹੱਲਾ ਗੁੱਲਾ ਕੀਤਾ, ਅਤੇ ਅਸੀਂ ਮਿਸ ਕਰ ਰਹੇ ਸੀ ਉਸ ਟਾਈਮ ਨੂੰ। ਫਿਰ ਵੀਡੀਓ ਕਾਲ ਵਗੈਰਾ ਕਰ ਲਈ ਅਤੇ ਕੁਛ ਨਾ ਕੁਛ ਬਣ ਗਿਆ, ਗੁਜ਼ਾਰਾ ਹੋ ਗਿਆ। ਉਸ ਤੋਂ ਬਾਅਦ ਨਾ ਥੋੜ੍ਹੇ ਜਿੰਨੇ ਟਾਈਮ ਬਾਅਦ ਨਾ ਤਾਂ ਹੁਣ ਮੈਂ ਵਿਸ਼ ਗਈ ਹੈ, ਅਤੇ ਕਹਿੰਦੇ ਕਜ਼ਨ ਮੇਰਾ ਕਹਿੰਦਾ ਕਹਿੰਦਾ ਹੁਣ ਨਾ ਆਪਾਂ ਬੈਠਨੇ ਆ ਅਤੇ ਕੋਈ ਗੱਪਸ਼ਪ ਕਰਨੇ ਆ। ਉਹ ਇਕੱਠੇ ਬੈਠੇ ਸਨ ਗੱਪਸ਼ਪ ਕਰਦੇ, ਉਹ ਵੀ ਉਹਨੇ ਵਲੌਗ ਬਣਾ ਕੇ ਛੋਟਾ ਜਿਹਾ ਸੈਂਡ ਕਰਤਾ। ਮੈਂ ਕਿਹਾ ਤੁਹਾਡੇ ਨਾਲ ਉਹ ਵੀ ਸ਼ੇਅਰ ਕਰ ਲਾ, ਹੁਣ ਤੁਸੀਂ ਉਹ ਵੀ ਵੇਖੋ ਅਤੇ ਫਿਰ ਮੈਨੂੰ ਕਮੈਂਟ 'ਚ ਦੱਸਿਓ ਕਿਸ ਤਰ੍ਹਾਂ ਦਾ ਲੱਗਿਆ। ਜਾ ਕੇ ਪਹਿਲੇ ਉਹ ਵੇਖੀਏ। ਹੈਲੋ, ਹਮ ਦੋਨੋਂ ਕਜ਼ਨ ਸਾਥ ਮੇਂ ਬੈਠੇ, ਇਸ ਨੇ ਸੁਬਹ ਬੜੇ ਹੋ ਜਾਣਾ ਹੈ, ਇਸ ਕਾ ਨਿਕਾਹ ਹੋ ਜਾਣਾ ਹੈ, ਅਤੇ ਇਹ ਹਮਾਰੇ ਅੱਪਰ 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 ਲੈਵਲ ਦਾ ਹੋ ਜਾਣਾ ਹੈ। ਅਤੇ ਮੈਂ ਇਹਨੂੰ ਫੜ ਲਿਆ ਅਤੇ ਮੈਂ ਇਹਦੇ ਦਿਨ ਦੀ ਬੇਗਮ ਦੀਆਂ ਚੀਜ਼ਾਂ ਚੈੱਕ ਕਰਨ ਲਈ ਹਾਂ, ਅਤੇ ਨਾ ਜੋ ਕਿ ਇਹਨੇ 1% ਵੀ ਸ਼ੋਪਿੰਗ ਨਹੀਂ ਕੀਤੀ। ਇਹਨੇ ਕਿਹਾ ਸੀ ਭਾਈ ਤੂੰ ਮੇਰੀ ਵਾਰੀ ਕਰ ਲੈ, ਮੈਂ ਤੇਰੀ ਵਾਰੀ ਕਰ ਲਾਂਗਾ। ਅਤੇ ਮੈਨੂੰ ਇਹਦਾ ਪਰਫਿਊਮ ਜ਼ਰਾ ਵੀ ਪਸੰਦ ਨਹੀਂ ਆਇਆ, ਪਤਾ ਨਹੀਂ ਕਿਉਂ ਜੈਂਟਸ ਸੀ ਨਾ ਕੀ ਰੋਲਾ ਸੀ, ਮੈਨੂੰ ਸਮਝ 'ਚ ਆਇਆ। ਅਤੇ ਇਹ ਜਿਹੜਾ ਮਾਸ਼ਾਅੱਲਾ ਮਾਸ਼ਾਅੱਲਾ ਲੇਡੀਜ਼ ਪਰਫਿਊਮ, ਪਤਾ ਮੈਂ ਲੇਡੀਜ਼ ਆਸ਼ਾ ਨਹੀਂ ਪਸੰਦ ਆ ਗਈ, ਮੈਂ ਕੁਛ ਲਾ ਰਹੀ ਹਾਂ, ਇਹ ਚੀਜ਼ ਨਹੀਂ ਵਹਾਣੀ, ਇਹ ਚੀਜ਼ ਪਰਸਨਲ ਆ, ਹੈ ਦੁਲੇ ਮੀਆਂ ਦੀ ਪਰਸਨਲ ਚੀਜ਼ ਆ। ਅਤੇ ਠੀਕ, ਅਤੇ ਹੁਣ ਨਾ ਅਸੀਂ ਗੱਲਾਂ ਗੁੱਲਾਂ ਸੁਣ ਲਈਆਂ ਨੇ ਉਹਨਾਂ ਦੀਆਂ, ਅਤੇ ਉਂਝ ਕਾਲ ਵਗੈਰਾ ਵੀ ਕੱਢ ਰਿਹਾ ਸੀ ਭਾਈ, ਗੁੱਸਾ ਹੋ ਰਿਹਾ ਸੀ, ਕਹਿੰਦਾ ਤੁਸੀਂ ਆਏ ਕਿਉਂ ਨਹੀਂ, ਸਾਰੇ ਬੋਲ ਰਹੇ ਸਨ, ਇਹਦਾ ਖਾਸ ਕਰਕੇ ਮਾਮੂ ਸਾਰੇ ਕਹਿ ਰਹੇ ਸਨ ਤੁਸੀਂ ਵੀ ਆ ਰਹੇ ਸੀ, ਸਾਰੀ ਫੈਮਿਲੀ ਆਉਂਦੇ ਹਾਏ ਇਸੇ ਤਰ੍ਹਾਂ ਹੀ। ਅਤੇ ਫਿਰ ਇਨਸ਼ਾਅੱਲਾ ਉਹਦੇ ਹਾਲੇ ਨਿਕਾਹ ਆਇਆ ਵੀ ਨਾ, ਅੱਗੇ ਸ਼ਾਦੀ ਵੀ ਆਏਗੀ ਇਨਸ਼ਾਅੱਲਾ, ਅਤੇ ਫਿਰ ਉਹਦੇ 'ਤੇ ਅਸੀਂ ਚਲੇ ਜਾਵਾਂਗੇ, ਐਡੀ ਕੋਈ ਟੈਨਸ਼ਨ ਦੀ ਗੱਲ ਨਹੀਂ ਆਏਗੀ। ਉਮਰ ਇਹਨੂੰ ਲਾਈਟ ਬੰਦ ਕਰ। ਅਤੇ ਉਸ ਤੋਂ ਇਲਾਵਾ ਫਿਰ ਅੱਗੇ ਜੋ ਵੀ ਵੀਡੀਓ ਕਲਿੱਪ ਆਏਗਾ ਉਹ ਇਸ ਵੀਡੀਓ 'ਚ ਅਟੈਚ ਕਰਕੇ ਤੁਹਾਨੂੰ ਜ਼ਰੂਰ ਵਿਖਾਵਾਂਗੇ। ਲੇਕਿਨ ਅਸੀਂ ਨਾ ਥੋੜ੍ਹਾ ਜਿੰਨਾ ਨਮਦੀਦਾ ਕੀ ਹੁੰਦੀਆਂ ਨੇ, ਦਿਲ ਹੋਇਆ ਉਦਾਸ ਜੀ ਹੋਇਆ, ਉਦਾਸ ਹੋਇਆ ਸੀ ਵੀ ਜਾਣਾ, ਕਾਲ ਕੁਲ ਕੀਤੀ ਆਂਟੀ ਅੰਮੀ ਨੇ, ਇੰਨਾ ਫਨ ਕਰ ਰਹੇ ਨੇ ਅਸੀਂ, ਹੱਥ ਲੈ ਕਰ ਹੋ ਕੇ ਬੈਠੇ, ਬੁੱਢੀਆਂ ਰੂਮਾਂ ਬੈਠੀਆਂ, ਅਸੀਂ ਫਿਰ ਇੱਥੇ ਬੈਠੇ ਹਾਂ। ਚਲ ਕੋਈ ਨਹੀਂ ਭਾਈ ਫੈਸਲ, ਤੁਹਾਡੀ ਸ਼ਾਦੀ ਹੋਏਗੀ ਅੱਗੇ, ਫਿਰ ਅਸੀਂ ਆ ਜਾਵਾਂਗੇ, ਕੁਝ ਤੁਸੀਂ ਨਾਰਾਜ਼ ਨਾ ਹੋਈਓ, ਬਾਕੀ ਦੀ ਸ਼ਹਿਰ ਹੈ। ਠੀਕ ਹੈ, ਚਲੋ ਹੁਣ ਇਸ ਵਲੌਗ ਨੂੰ ਫਿਰ ਮੈਂ ਇੱਥੇ ਹੀ ਰੋਕਣੀ ਆ, ਅੱਗੇ ਕੋਈ ਵੀ ਕਲਿੱਪ ਕੋਈ ਵੀ ਚੀਜ਼ ਆਏਗੀ ਨਾ ਇਸੇ ਦੇ ਨਾਲ ਅਟੈਚ ਕਰਕੇ ਫਿਰ ਤੁਹਾਡੇ ਨਾਲ ਸ਼ੇਅਰ ਕਰਾਂਗੇ। ਓਕੇ ਜੀ, ਅੱਲਾ ਹਾਫਿਜ਼, ਬਾਏ। ਚਲੋ ਜੀ, ਨਿਕਾਹ ਦਾ ਦਿਨ ਆ ਗਿਆ ਅਤੇ ਉਹਨਾਂ ਨੇ ਦਿਨ ਨੂੰ ਵੀ ਵੀਡੀਓ ਬਣਾ ਕੇ ਸੈਂਡ ਕੀਤੀ ਸੀ, ਅਤੇ ਮੈਂ ਕਿਹਾ ਤੁਹਾਡੇ ਨਾਲ ਸ਼ੇਅਰ ਕਰ ਦਿਆਂ। ਅੰਮੀ ਅਤੇ ਮੈਂ ਵੀ ਦੁੱਲੇ ਭਾਈ ਨਾਲ ਬੈਠੇ ਨੇ, ਅੱਗੇ ਬੈਠਾ ਦੁੱਲਾ ਭਾਈ, ਇਹਦਾ ਨਾਮ ਫੈਸਲ ਹੈ ਵੇ, ਅਤੇ ਇਹ ਬਣਾ ਰਿਹਾ ਵਲੌਗ। ਠੀਕ।